ਬਠਿੰਡਾ ਦੇ ਮੁਹੱਲਾ ਹਾਜੀ ਰਤਨ ਵਿਖੇ ਅਸਮਾਨੀ ਬਿਜਲੀ ਡਿੱਗਣ ਦੀ ਖਬਰ ਸਾਹਮਣੇ ਆਈ ਹੈ। ਜਾਨੀ ਨੁਕਸਾਨ ਤਾਂ ਇਸ ਦੌਰਾਨ ਨਹੀਂ ਹੋਇਆ, ਪਰ ਫਿਰ ਵੀ ਮਾਲੀ ਨੁਕਸਾਨ ਕਾਫੀ ਦੱਸਿਆ ਜਾ ਰਿਹਾ। ਇਮਾਰਤਾਂ ਵਿੱਚ ਤਰੇੜਾਂ ਪੈ ਗਈਆਂ ਨੇ ਤੇ ਬਿਜਲੀ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਜਾਣਕਾਰੀ ਦਿੰਦਿਆਂ ਲੋਕਾਂ ਨੇ ਦੱਸਿਆ ਕਿ ਪੌੜੀਆਂ ਦੇ ਉੱਪਰ ਬਣੀ ਮਮਟੀ ਤੇ ਬਿਜਲੀ ਜ਼ੋਰ ਦੇ ਨਾਲ ਡਿੱਗੀ। ਰੋੜੇ ਤਾਂ ਕਈ ਘਰਾਂ ਦੇ ਵਿੱਚ ਖਿੱਲਰ ਗਈਆਂ, ਕਈ ਘਰਾਂ ਦੇ ਏਸੀ ਇਨਵਰਟਰ ਬਲਬ ਆਦਿ ਸੜ ਗਏ। ਲੋਕਾਂ ਨੇ ਦੱਸਿਆ ਕਿ ਆਵਾਜ਼ ਇੰਨੀ ਜ਼ਬਰਦਸਤ ਸੀ ਕਿ ਇੱਕ ਵਾਰ ਤਾਂ ਕੰਨ ਬੋਲੇ ਹੋ ਗਏ। ਬਹੁਤ ਜ਼ਿਆਦਾ ਚਮਕ ਪਈ ਹੈ, ਪਹਿਲਾਂ ਸਾਰਾ ਅਸਮਾਨ ਚਿੱਟਾ ਦਿਖਾਈ ਦਿੱਤਾ ਤੇ ਉਸ ਤੋਂ ਬਾਅਦ ਪੀਲਾ ਪੀਲਾ ਦਿਖਾਈ ਦੇਣ ਲੱਗ ਗਿਆ। ਉਹਨਾਂ ਕਿਹਾ ਕਿ ਕਈ ਘਰਾਂ ਦੀਆਂ ਕੰਧਾਂ ਦੇ ਵਿੱਚ ਤਰੇੜਾਂ ਪੈ ਗਈਆਂ ਨੇ। ਅਸੀਂ ਜਲੌਰ ਸਿੰਘ ਜੀ, ਇਹ ਮਹੱਲਾ ਹਾਜੀ ਰਤਨ ਹੈ ਜੀ। ਇੱਥੇ ਸਾਡੇ ਘਰਾਂ ਉੱਪਰ ਬਿਜਲੀ ਡਿੱਗੀ ਹੈ ਜੀ, ਬਹੁਤ ਨੁਕਸਾਨ ਹੋ ਗਿਆ। ਫਰਿੱਜ ਵੀ ਅਤੇ ਏ ਸੀ ਵਗੈਰਾ ਅਤੇ ਸਾਡੇ ਪੱਖਿਆਂ ਪੁੱਖਿਆਂ ਦੇ ਜਿਹੜੇ ਉਹ ਲੱਗੇ ਹੁੰਦੇ ਆ ਅਤੇ ਉਹ ਥੱਲੇ ਡਿੱਗ ਗਏ। ਹਾਂਜੀ, ਡਿੱਗੀ ਤਾਂ ਹਾਂ ਤੀਜੀ ਮੰਜ਼ਿਲ 'ਤੇ ਜੀ। ਫਿਰ ਤੁਹਾਨੂੰ ਕਿਵੇਂ ਪਤਾ ਲੱਗਿਆ? ਅਸੀਂ ਬੈਠੇ ਜੀ, ਬਾਹਰ ਹੀ ਬੈਠੇ ਸੀ, ਮੈਂ ਵੇਖਿਆ ਜੀ ਉਵੇਂ ਇੱਟਾਂ ਵੀ ਡਿੱਗਦੀਆਂ ਜੀ ਅਤੇ ਐਂ ਲੱਗਿਆ ਜਿਵੇਂ ਉਦੋਂ ਦੇਸ਼ੋਂ ਮਾਰ ਗਿਆ, ਧੂੰਆਂ ਧਾਰ ਹੋ ਗਿਆ, ਬਹੁਤ ਜ਼ਿਆਦਾ ਨੁਕਸਾਨ ਹੋਇਆ। ਸੜ ਕੀ ਕੁਛ ਗਿਆ? ਸੜ ਇੱਕ ਤਾਂ ਫਰਿੱਜ ਜੀ, ਏ ਸੀ ਸਾਡਾ ਜੀ, ਬਾਕੀ ਬਲਬ ਬੁਲਬ ਜੇ ਅਤੇ ਹੋਰ ਕਾਫੀ ਸਮਾਨ ਕਾਫੀ ਨੁਕਸਾਨ ਹੋਇਆ। ਚਲੋ ਮਾਲਕ ਦੀ ਕਿਰਪਾ, ਵੀ ਜਾਨੀ ਨੁਕਸਾਨ। ਦੀਵਾਰਾਂ ਦੇ ਵਿੱਚ ਵੀ ਜਿਸ ਤਰ੍ਹਾਂ ਦਰਾਰਾਂ ਆਈਆਂ? ਹਾਂ, ਦਰੇੜਾਂ ਬਹੁਤ ਆਈਆਂ ਜੀ, ਸਾਡੇ ਪਿੱਛੇ ਲੰਬੀ ਦੀਵਾਰ 'ਚ ਨਾਲ ਗੁਆਂਢੀਆਂ ਦੇ ਵੀ ਆਈਆਂ। ਹੋਰ ਘਰਾਂ ਦਾ ਵੀ ਸਮਾਨ ਸੜਿਆ? ਹਾਂਜੀ ਹਾਂਜੀ, ਦੋ ਘਰਾਂ ਦਾ ਜੀ, ਨਾਲ ਸਾਡੇ ਨਾਲ ਵਾਲੇ ਘਰ ਦੇ ਵੀ ਖੜੇ ਜੀ। ਮੇਰਾ ਨਾਮ ਪਰਮਜੀਤ ਹੈ ਜੀ। ਕਿਹੜੇ ਇਹ ਹਾਜੀ ਰਤਨ ਗਲੀ ਨੰਬਰ 8 ਹੈ ਜੀ। ਹਾਂਜੀ, ਰਾਤ ਬਿਜਲੀ ਡਿੱਗੀ ਜੀ, ਕਿਸ ਤਰ੍ਹਾਂ? ਬਹੁਤ ਜ਼ਿਆਦਾ ਜ਼ਬਰਦਸਤ ਧਮਾਕਾ ਹੋਇਆ ਜੀ। ਆਪਣੇ ਮਤਲਬ ਕਿ ਸਾਹਮਣੇ ਘਰ ਵਾਲਿਆਂ ਦੀ ਦੀਵਾਰ ਟੁੱਟ ਗਈ ਅਤੇ ਸਾਰਾ ਮਲਬ ਆਪਣੇ ਘਰ ਆ ਕੇ ਗਿਰ ਗਿਆ ਜੀ। ਬਹੁਤ ਜ਼ਬਰਦਸਤ ਧਮਾਕਾ ਸੀਗਾ। ਫਰਨੀਚਰ ਵਗੈਰਾ ਜਾਂ ਹੋਰ ਕਿਸ ਤਰ੍ਹਾਂ ਦਾ ਕੋਈ ਨੁਕਸਾਨ ਹੋਇਆ? ਨਹੀਂ, ਇਹਨਾਂ ਦਾ ਸਾਰੇ ਏ ਸੀ ਮਤਲਬ ਕਿ ਇਲੈਕਟ੍ਰੋਨਿਕ ਸਮਾਨ ਸਾਰਾ ਸੜ ਗਿਆ ਜੀ। ਕਹਿੰਦੇ ਕੰਧਾਂ 'ਚ ਵੀ ਤਰੇੜਾਂ? ਕੰਧਾਂ ਦੇ ਵਿੱਚ ਤਰੇੜਾਂ ਬਹੁਤ ਜ਼ਿਆਦਾ ਆਈਆਂ ਨੇ ਜੀ। ਆਪਣੇ ਘਰ ਸਾਰੇ ਮਤਲਬ ਕਿ ਘਰ ਦੇ ਵਿੱਚ ਇਹਨਾਂ ਦਾ ਮਲਬਾ ਗਿਰਿਆ ਹੋਇਆ ਹੈਗਾ ਅਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ। ਮਤਲਬ ਕਿ ਧਮਾਕਾ ਵੀ ਬਹੁਤ ਜ਼ਬਰਦਸਤ ਸੀਗਾ, ਬਹੁਤ ਜ਼ਿਆਦਾ। ਜਦੋਂ ਬਿਜਲੀ ਡਿੱਗੀ ਤੁਸੀਂ ਬਾਹਰ ਹੀ ਸੀਗੇ? ਅਸੀਂ ਅੰਦਰ ਸੀ, ਬੈਠੇ ਸੀ ਅੰਦਰ। ਕਿਵੇਂ ਪਤਾ ਲੱਗਿਆ ਤੁਹਾਨੂੰ? ਮਤਲਬ ਕਿ ਇੰਨੀ ਜ਼ਿਆਦਾ ਜ਼ਬਰਦਸਤ ਆਵਾਜ਼ ਸੀ, ਅਸੀਂ ਮਤਲਬ ਕਿ ਲਾਈਫ ਦੇ ਵਿੱਚ ਕਦੇ ਵੀ ਨਹੀਂ ਸੁਣੀ ਜੀ। ਕੰਨ ਮਤਲਬ ਕਿ ਇਹ ਬੋਲੇ ਹੋ ਗਏ ਜੀ ਇਕਦਮ, ਬਹੁਤ ਜ਼ਿਆਦਾ। ਰੋਸ਼ਨੀ ਵੀ? ਰੋਸ਼ਨੀ ਬਹੁਤ ਜ਼ਬਰਦਸਤ ਸੀ ਜੀ। ਪਹਿਲਾਂ ਤਾਂ ਵਾਈਟ ਹੋ ਗਿਆ ਸਾਰਾ ਕੁਝ, ਫਿਰ ਜੈਲੋ ਕਲਰ ਹੋ ਗਿਆ ਜੀ। ਮੇਰਾ ਨਾਮ ਸੁਖਵਿੰਦਰ ਕੌਰ ਬਈ। ਕਿਹੜਾ ਮਹੱਲਾ ਹੈਗਾ ਜੀ? ਹਾਜੀ ਰਤਨ। ਹਾਂਜੀ, ਕੀ ਕਹਿਣਾ ਚਾਹੋਗੇ ਜਦੋਂ ਬਿਜਲੀ ਡਿੱਗੀ ਜੀ ਰਾਤ, ਕਿਸ ਤਰ੍ਹਾਂ ਦੇਖਿਆ ਜੀ? ਬਿਜਲੀ ਦੇਖੀ ਵੀ ਬਰਾਂਡੇ 'ਚ ਬੈਠੀ ਸੀ, ਬਹੁਤ ਜ਼ਿਆਦਾ ਆਈ ਡਿੱਗੀ ਹੈ, ਜਦੋਂ ਨਾਲ ਦਾ ਨੁਕਸਾਨ ਬਹੁਤ ਜ਼ਿਆਦਾ ਹੋਇਆ। ਏ ਸੀ ਵੀ ਸੜੇ, ਮੈਂ ਸਾਹਮਣੇ ਬੈਠੀ ਸੀ, ਬਹੁਤ ਲਾਈਟਾਂ ਪਈਆਂ, ਉਹਨਾਂ ਦੇ ਡਰੇ ਮਰੇਰਾ ਪੱਟ ਕੇ ਸਾਡੇ ਘਰ ਵਿੱਚ ਡਿੱਗੇ। ਹਾਂਜੀ, ਏ ਸੀ ਪੱਖੇ ਉਹਨਾਂ ਦੇ ਸਭ ਸੜ ਗਏ, ਦੋ ਘਰਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ। ਹਾਂਜੀ, ਕਿੰਨਾ ਕੁ ਰੌਲਾ ਪਿਆ? ਬਹੁਤ ਜ਼ਿਆਦਾ ਰੌਲਾ ਪਿਆ, ਬਹੁਤ ਜ਼ਿਆਦਾ ਐਂ ਹੋ ਗਿਆ ਵੀ ਅਸੀਂ ਤਾਂ ਕਦੇ ਕੰਨ ਬੋਲੇ ਹੋ ਗਏ ਸਾਡੇ ਬੈਠਿਆਂ ਦੇ ਅੰਦਰ। ਲਾਈਟ ਵੀ ਬਹੁਤ ਜ਼ਿਆਦਾ? ਹਾਂਜੀ, ਬਹੁਤ ਜ਼ਿਆਦਾ ਲਾਈਟ। ਉੱਥੇ ਦੂਜੇ ਪਾਸੇ ਬਠਿੰਡਾ ਦੇ ਵਿੱਚ ਪਏ ਭਾਰੀ ਮੀਂਹ ਨੇ ਇੱਕ ਵਾਰ ਫਿਰ ਬਠਿੰਡਾ ਨੂੰ ਡੋਬ ਦਿੱਤਾ ਹੈ। ਬਠਿੰਡਾ ਦੀਆਂ ਸੜਕਾਂ 'ਤੇ ਪਾਣੀ ਭਰਿਆ ਹੋਇਆ ਅਤੇ ਸਕੂਲੀ ਬੱਚੇ ਵੀ ਸਕੂਲ ਜਾਣ ਤੋਂ ਗੈਰ ਹਾਜ਼ਰ ਰਹੇ। ਇਸ ਦੌਰਾਨ ਦੁਕਾਨਾਂ ਬੰਦ ਨਜ਼ਰ ਆਈਆਂ। ਲੋਕਾਂ ਦਾ ਕਹਿਣਾ ਕਿ ਅਕਸਰ ਹੀ ਬਠਿੰਡਾ ਦੇ ਵਿੱਚ ਮੀਂਹ ਪੈਣ ਤੋਂ ਬਾਅਦ ਮੀਂਹ ਦੇ ਪਾਣੀ ਦੇ ਨਾਲ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ। ਉਹਨਾਂ ਕਿਹਾ ਕਿ ਬਠਿੰਡਾ ਦਾ ਵਿਕਾਸ ਤਾਂ ਬਹੁਤ ਹੋਇਆ, ਪਰ ਪਾਣੀ ਦਾ ਇਲਾਜ ਹਾਲੇ ਤੱਕ ਸਰਕਾਰਾਂ ਨਹੀਂ ਕਰ ਸਕੀਆਂ ਨੇ। ਹਰਵਿੰਦਰ ਸਿੰਘ ਜੀ, ਕਿੱਥੇ ਜਾਣਾ ਸੀਗਾ? ਐਸਆਰ ਜੀ ਸਕੂਲ ਜਾਣਾ ਸੀ, ਐਸਆਰ ਜੀ ਪਬਲਿਕ ਸਕੂਲ। ਕਿੱਥੇ ਸਕੂਲ ਜਾ ਕੇ ਹੋਏ? ਪਾਣੀ ਦੇਖ ਲਓ ਕਿੰਨਾ ਭਰਿਆ ਪਿਆ। ਕਿੰਨਾ ਪਾਣੀ ਭਰਿਆ ਹੈਗਾ? ਵਾਧੂ ਭਰਿਆ ਪਈ ਆ, ਤੁਹਾਡੇ ਸਾਹਮਣੇ। ਹੋਰ ਏਰੀਏ ਵਿੱਚ ਜੀ ਦੱਸ ਜਾਂਦੇ? ਹੋਰ ਕਿੱਧਰ ਜਾਈਏ? ਗੁਰੂ ਨਾਨਕ ਮੱਲੇ ਜਾਈਏ, ਪੋਲ ਚੜਾ ਕੇ ਉੱਧਰ ਪਾਣੀ ਲੈਣਾ ਤਾਂ ਜਾ ਨਹੀਂ ਸਕਦੇ, ਸਕੂਲ ਦਾ ਟਾਈਮ ਹੋ ਚੁੱਕਿਆ। ਜੇ ਲੈਣਾ ਵੀ ਭਰੀਆਂ ਪਈਆਂ ਤੁਹਾਡੇ ਸਾਹਮਣੇ। ਕਿੰਨੀ ਕੁ ਪਰੇਸ਼ਾਨੀ ਹੈ? ਵਾਧੂ ਯਾਰ, ਤੁਹਾਡੇ ਸਾਹਮਣੇ ਦੇਖ ਲਓ, ਪੇਪਰ ਆਉਣ ਵਾਲੇ ਅੱਜ। ਜੇ ਪੇਪਰ ਨਾ ਹੁੰਦਾ ਸੀ ਤਾਂ ਛੁੱਟੀ ਮਾਰ ਲੈਂਦੇ, ਪੇਪਰ ਆਉਣ ਵਾਲੇ ਅੱਜ। ਬਠਿੰਡਾ ਤੋਂ ਨਾਇਬ ਸਿੰਘ ਸਿੱਧੂ ਦੀ ਰਿਪੋਰਟ। ਵਧੇਰੇ ਖਬਰਾਂ ਲਈ ਤੁਸੀਂ ਦੇਖਦੇ ਰਹੋ ਅਜੀਤ ਵੈਬ ਟੀਵੀ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।